ਤੇ ਪੂਰੀ ਗੱਲ ਆਪਾਂ ਨੂੰ ਪਤਾ ਨਹੀਂ ਹੈ ਤਾਂ ਕਰਕੇ ਮੈਂ ਤੁਹਾਨੂੰ ਅੱਧੀ ਵਿੱਚ ਅੱਧੀ ਗੱਲ ਨਹੀਂ ਦੱਸੂਗਾ ਪਿੱਛੇ ਚੱਲਦਾ ਧਰਨਾ ਅੱਜ ਚ ਮੁੱਦਾ ਬਹੁਤ ਇੱਕ ਗਰਮ ਚੱਲਣ ਦਿਆ ਵਾ ਧਰਨੇ ਤੇ ਗਏ ਸੀ ਫਿਰ ਅੱਜ ਕੀ ਧਰਨਾ ਰੋਂਦੀ ਬਰਸਾਤ ਥੋੜੀ ਥੋੜੀ ਕੀ ਧੱਕਾ ਹੁੰਦਾ ਇੰਡੀਅਨ ਸਟੂਡੈਂਟਸ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਚ ਅੱਜ ਦਾ ਵਲੌਗ ਆਪਾਂ ਘਰੋਂ ਹੀ ਸ਼ੁਰੂ ਕਰ ਰਹੇ ਹਾਂ ਤੇ ਬਾਹਰ ਬਰਸਾਤ ਵਾਲਾ ਮੌਸਮ ਹੋਇਆ ਪਿਆ ਮੀਂਹ ਪੈ ਗਿਆ ਹਟ ਗਿਆ ਸਵੇਰੇ ਸਵੇਰੇ ਤੇ ਹਵਾ ਵੀ ਠੀਕ ਠਾਕ ਜੀ ਚੱਲ ਰਹੀ ਆ ਤੇ ਹੁਣ ਆਪਾਂ ਚੱਲੇ ਸੀ ਕਾਲਜ ਤੇ ਕਾਲਜ ਕਿਉਂ ਚੱਲੇ ਹਾਂ ਉਹ ਸੌਰੀ ਪੈਰ ਅੜ ਗਿਆ ਕਾਲਜ ਚੱਲੇ ਹਾਂ ਗ੍ਰੇਡਸ ਵਗੈਰਾ ਦੀ ਗੱਲ ਕਰਨ ਮੈਮ ਦੇ ਨਾਲ ਥੋੜ੍ਹਾ ਬਹੁਤ ਪੁੱਛਦਾਰੀ ਹੈ ਕੀ ਹਿਸਾਬ ਕਿਤਾਬ ਆ ਗ੍ਰੇਡਿੰਗ ਦਾ ਪਾਸ ਪੂਸ ਹੋਵਾਂਗੇ ਕਿ ਨਹੀਂ ਤੇ ਬੂਟ ਪਾਈਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਓਕੇ ਗਾਈਸ ਉਹ ਵੀ ਗਾਈਸ ਪਾ ਲਏ ਆ ਬੂਟ ਤੇ ਬੱਸ ਹੁਣ ਚੱਲੀਏ 2:30 ਵਜੇ ਬੱਸ ਆ ਟਾਈਮ ਹੋ ਗਿਆ ਕਿੰਨਾ ਹੋ ਗਿਆ 2:20 ਹੋ ਗਏ ਆ 3:20 ਸ਼ੋਅ ਕਰਨ ਦਾ ਮਤਲਬ ਤੇ ਬਸ ਥੋੜ੍ਹਾ ਹੀ ਟਾਈਮ ਹੋਰ ਤੇ 2:24 ਦੇ ਆਪਾਂ ਨਿਕਲ ਜਾਣਾ ਕਿਉਂਕਿ ਉਦੋਂ ਫਿਰ ਸਹੀ ਟਾਈਮ 'ਤੇ ਪਹੁੰਚਿਆ ਜਾਂਦਾ ਤੇ ਚੱਲਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਅੱਗੇ ਓਕੇ ਗਾਈਸ ਉਹ ਵੀ ਮੇਰੇ ਵੀਰੋ ਕਹਿੰਦੇ ਆ ਗਏ ਹਾਂ ਬਾਹਰ ਤੇ ਵਿਊ ਬਹੁਤ ਹੀ ਘੈਂਟ ਆ ਮੀਂਹ ਪੈ ਰਿਹਾ ਅੱਜ ਨੋਟ ਗਿੱਲਾ ਤਾਂ ਨਹੀਂ ਹੋਊਗਾ ਮੀਂਹ 'ਚ $5 ਦਾ ਨੋਟ ਜੇ ਕਹਿੰਦੇ $5 ਕਿੰਨੇ ਬਣੇ ਇੰਡੀਆ ਦੇ ਉਹ ਕਿੱਧਰ ਚੱਲ ਗਿਆ ਵਾ 300 ਬਣਿਆ ਲੈ ਕਰਗ ਵਾਲੇ ਕਹਿੰਦੇ 300 ਰੁਪਇਆ ਕੈਸ਼ 300 ਰੁਪਇਆ ਕੈਸ਼ ਲਈ ਫਿਰਦੇ ਮੁੰਡੇ ਇਕੱਠਾ ਹੀ ਉਹ ਵੀ ਨਹੀਂ ਮੈਂ ਖੁਸ਼ ਮੈਂ ਸੋਚਣ ਲੱਗ ਗਿਆ ਨਾ ਤੇ ਵਾਹ ਆਪਾਂ ਤੜਾਨ ਚੱਲੇ ਹਾਂ ਜਵੇਦ ਦੇ ਚੇਂਜ ਦਿੰਦੇ ਸਾਨੂੰ ਕਿ ਨਹੀਂ ਦਿੰਦੇ ਚੈੱਕ ਕਰਦੇ ਹਾਂ ਜਾ ਕੇ ਵਿਊ ਪੂਰਾ ਹੀ ਓਕੇ ਅੱਜ ਕਹਿੰਦੇ ਹਰਾ ਭਰਾ ਹੋ ਜੇ ਲੱਗਾ ਫੋਟੋ ਮੈਂ ਇੱਕ ਮਰੀ ਆਪਣਾ ਹਰਿਆਲੀ ਆ ਜੇ ਲੱਗੀ ਇੱਥੇ ਤੇ ਚਲੋ ਚੇਂਜ ਲੈ ਕੇ ਆਈਏ ਤੇ ਫਿਰ ਤੁਹਾਨੂੰ ਮਿਲਦੇ ਤੇ ਉਧਰ ਝੰਡਾ ਚੈੱਕ ਕਰੋ ਕੈਨੇਡਾ ਦਾ ਕਹਿੰਦੇ ਸਿੱਕੇ ਤੇ ਦੇ ਦੇ ਆ ਸਿੱਕਾ ਪਰ ਬਹੁਤਾ ਘੈਂਟ ਦੇ ਦਾ ਇੱਕ ਵਧੀਆ ਲੱਗਣ ਦਾ ਇਹ ਉਦੋਂ ਦਾ ਵੇਖਿਆ ਨਹੀਂ ਆਪਾਂ ਇੱਥੇ ਜਿੱਦਣ ਦੇ ਆਏ ਹਾਂ ਘੈਂਟ ਚੀਜ਼ ਆ ਹੁਣ ਬਸ ਬੱਸ ਆ ਗਈ ਉਹ ਇੱਕ ਦੋ ਬੱਸ ਆ ਗਈਆਂ ਵੇਖਦੇ ਕਿੱਚ ਚੜਨਾ ਹੁਣ ਚੈੱਕ ਕਰਦੇ 92 ਆ ਤੇ ਹੋਰ ਕਿਹੜੀ ਆ 11 ਏਅਰਪੋਰਟ ਵਾਲੀ ਚੜਾਂਗੇ ਸ਼ਾਇਦ ਮੇਰੇ ਵੀਰੋ ਕਹਿੰਦੇ ਆ ਗਏ ਅਸੀਂ ਕਾਲਜ ਤੇ ਕਾਲਜ ਆ ਗਏ ਆ ਤੇ ਇਹਦੇ ਪਿੱਛੇ ਚੱਲਣ ਦਾ ਧਰਨਾ ਧਰਨਾ ਹੁੰਦਾ ਨੂੰ ਉੱਥੇ ਦੂਰੋਂ ਹੀ ਕੀ ਮਾਮਾ ਉੱਥੇ ਮੈਨੇਜਮੈਂਟ ਬੈਠੀ ਹੈ ਜੇ ਮੈਨੇਜਮੈਂਟ ਉਹਨਾਂ ਨਾਲ ਗੱਲ ਕਰਦੇ ਫਿਰ ਪੁੱਛਾਂਗੇ ਕੀ ਚੱਕਰ ਆ ਚਲੋ ਚੱਲੀਏ ਫਿਰ ਆਪਾਂ ਹੁਣ ਘਰ ਨੂੰ ਚੱਲੇ ਆ ਧਰਨਾ ਤੇ ਮੈਡਮ ਤੋਂ ਆਏ ਆਪਾਂ ਫਿਰ ਉਹ ਕਹਿੰਦੇ ਸਮਾਨ ਸਮੂਨ ਲੈ ਕੇ ਆ ਗਏ ਆ ਤੇ ਚੈੱਕ ਕਰੋ ਅੱਜ ਕੱਲ੍ਹ ਮਾਹੌਲ ਆਟੇ ਤੋਂ ਲੜੀ ਜਾਂਦੇ ਕਹਿੰਦੇ ਮੈਂ ਨਹੀਂ ਫੜਦਾ ਲਿਆਓ ਭਰਾ ਫੜ ਲੈਂਦੇ ਉਹ ਵੀ ਮੇਰੇ ਵੀਰੋ ਕਹਿੰਦੇ ਹੁਣ ਆਪਾਂ ਚੱਲੇ ਆ ਸੁਪਰ ਸ਼ੋਰ ਅੱਜ ਕਹਿੰਦੇ ਬਣਾਉਣੀ ਨਿਊਟਰੀ ਮੁੰਡਿਆਂ ਨੇ ਨਿਊਟਰੀ ਲੈਣ ਚੱਲੇ ਸੋਇਆ ਚੰਕਸ ਵੇਖਦੇ ਮਿਲਦੀ ਸੁਪਰ ਸ਼ੋਰ ਤੋਂ ਕਿ ਨਹੀਂ ਤੇ ਬਾਹਰ ਦਾ ਮਾਹੌਲ ਇੰਨਾ ਕੁ ਸੋਹਣਾ ਨਾ ਯਾਰ ਓਏ ਹੋਏ ਹੋਏ ਬੜਾ ਘੈਂਟ ਲੱਗਣਾ ਓਏ ਤੂੰ ਗੋਪੀ ਸ਼ਾ ਤੇ ਬਾਕੀ ਮੁੱਦਾ ਬਹੁਤ ਗਰਮ ਚੱਲਣ ਦਾ ਕਹਿੰਦੇ ਕਾਲਜ ਚ ਮੁੱਦਾ ਬਹੁਤ ਇੱਕ ਗਰਮ ਚੱਲਣ ਦਿਆ ਵਾ ਕੀ ਧਰਨਾ ਕਿੱਥੇ ਜਾਇਆ ਗਿਆ ਸਾਡੇ ਤੋਂ ਹਾਜ਼ਰੀ ਨਹੀਂ ਪਾਈ ਗਈ ਕੱਲ ਜਾਵਾਂਗੇ ਮੁੰਡੇ ਨਾਲ ਕਰਨੀ ਆਪਾਂ ਗੱਲ ਕੀ ਗੱਲ ਹੋਈ ਧਰਨੇ ਵਾਲੀ ਵੈਸੇ ਚੱਲ ਤੈਨੂੰ ਲੰਘਾ ਦੀ ਅੰਦਰ ਮੁੱਦਾ ਕਹਿੰਦੇ ਬਾਹਲਾ ਹੀ ਗਰਮ ਚੱਲਣ ਦਿਆ ਕਾਲਜ ਚ ਪੈਸੇ ਕਹਿੰਦੇ ਮਾਰੀ ਆਉਂਦੇ ਜਨਤਾ ਦੇ ਇੰਡੀਅਨ ਇੰਡੀਅਨਸ ਦੇ ਪੈਸੇ ਮਾਰੀ ਜਾਂਦੇ ਆ ਗੱਲ ਕੀ ਹੋਈ ਆ ਕਿ ਕਾਲਜ ਵਾਲਿਆਂ ਨੇ ਧੱਕਾ ਕੀਤਾ ਵਾ ਇੰਡੀਅਨਸ ਦੇ ਨਾਲ ਤੇ ਪੂਰੀ ਗੱਲ ਆਪਾਂ ਨੂੰ ਪਤਾ ਨਹੀਂ ਹੈ ਤਾਂ ਕਰਕੇ ਮੈਂ ਤੁਹਾਨੂੰ ਅੱਧੀ ਵਿੱਚ ਅੱਧੀ ਗੱਲ ਨਹੀਂ ਦੱਸੂੰਗਾ ਮੈਂ ਪੂਰੀ ਗੱਲ ਦੱਸੂੰਗਾ ਇੱਕ ਵਾਰ ਮੈਨੂੰ ਵੀਰ ਨਾਲ ਗੱਲ ਕਰ ਲੈਣ ਦਿਓ ਉਹੀ ਕੋਰਸ ਦੇ ਜਿਹੜੇ ਕੋਰਸ ਵਾਲਿਆਂ ਦੇ ਨਾਲ ਧੱਕਾ ਹੁੰਦਾ ਵਾ ਉਹਨਾਂ ਦੇ ਨਾਲ ਗੱਲ ਕਰ ਲੈਣ ਦਿਓ ਤੇ ਇੱਕ ਵਾਰ ਜਾਂ ਤਾਂ ਆਪਾਂ ਤੁਹਾਡਾ ਲਾਈਵ ਦਿਖਾ ਦਾਂਗੇ ਮਤਲਬ ਤੁਹਾਨੂੰ ਨਾਲ ਹੀ ਮੈਂ ਵਲੌਗ 'ਚ ਰਿਕਾਰਡ ਕਰ ਲੂੰਗਾ ਵੀਰ ਦੀ ਗੱਲ ਅਤੇ ਤੁਹਾਨੂੰ ਦਿਖਾਊਂਗਾ ਇੱਕ ਵਾਰ ਆਪਾਂ ਸੁਪਰ ਸ਼ੋਰ ਤੋਂ ਆਈਏ ਮੈਨੂੰ ਪੂਰੀ ਗੱਲ ਪਤਾ ਹੁੰਦੀ ਤਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਬਟ ਐਵੇਂ ਤੁਹਾਨੂੰ ਮੈਂ ਅੱਧਾ ਹਿੱਸਾ ਦੱਸਦਾ ਤਾਂ ਫਿਰ ਉਹ ਗੱਲ ਜੀ ਨਹੀਂ ਬਣਨੀ ਆਪਾਂ ਪੂਰੀ ਗੱਲ ਵੀਰ ਤੋਂ ਸੁਣਾਂਗੇ ਅਤੇ ਫਿਰ ਤੁਹਾਨੂੰ ਦੱਸਾਂਗੇ ਪੂਰੀ ਸੱਚਾਈ ਕੀ ਆ ਅਤੇ ਕੀ ਹੋਇਆ ਕਾਲਜ ਕਿਆਨੋ ਕਾਲਜ ਦੇ ਵਿੱਚ ਅਤੇ ਕੀ ਬੀਤਣ ਦੀ ਉਹਨਾਂ ਦੇ ਵੀਰਾਂ ਭਰਾਵਾਂ 'ਤੇ ਹਾਰਸ਼ ਰਿਐਲਿਟੀ ਆਫ ਕਿਆਨੋ ਕਾਲਜ ਇੱਦਾਂ ਕਰਕੇ ਦੱਸਾਂਗੇ ਤੁਹਾਨੂੰ ਅਤੇ ਬਾਕੀ ਮਾਹੌਲ ਕਹਿ ਲਓ ਪੂਰਾ ਘੈਂਟ ਜੇ ਯਾਰ ਅੱਜ ਦੇ ਪੂਰਾ ਵਿਊ ਸਿਰਾ ਹੀ ਹੋਇਆ ਪਿਆ ਸਿਰਾ ਹੀ ਬਾਬੇ ਵਾਲਾ ਚਲੋ ਠੀਕ ਆ ਕਾਲਜ ਹੋਵੇ ਕਾਲਜ ਕਹਿੰਦੇ ਆ ਸੁਪਰ ਸ਼ੋਰ ਹੋਈਏ ਅਤੇ ਫਿਰ ਮਿਲਦੇ ਹਾਂ ਨਿਊਟਰੀ ਲੈ ਕੇ ਆਈਏ ਲੋ ਵੀ ਮੇਰੇ ਵੀਰੋ ਕਹਿੰਦੇ ਨਿਊਟਰੀ ਦੇ ਟਮਾਟਰ ਲੈ ਕੇ ਆ ਗਏ ਆ ਘਰ ਅਤੇ ਹੁਣ ਬਣਾਵਾਂਗੇ ਸਬਜ਼ੀ ਨਿਊਟਰੀ ਦੀ ਕਹਿੰਦੇ ਅੱਜ ਨਿਊਟਰੀ ਚੱਲੂਗੀ ਅਤੇ ਵੀਰ ਭਰਾ ਆਪਣੇ ਲੱਗੇ ਆ ਪੜ੍ਹਨ ਪਰ ਉਹ ਗੱਲ ਪੜ੍ਹਾਈਆਂ ਹੋਣ ਲੱਗੀਆਂ ਨੇ ਅਤੇ ਆਪਾਂ ਹੁਣ ਨਿਊਟਰੀ ਬਣਾਈਏ ਅੱਜ ਪਹਿਲੀ ਵਾਰ ਬਣਾ ਲੱਗੇ ਵੇਖਦੇ ਕਿੱਦਾਂ ਦੀ ਬਣਦੀ ਆ ਚੈੱਕ ਕਰਦੇ ਹਾਂ ਟਰਾਈ ਕਰਕੇ ਅਤੇ ਚਲੋ ਓਕੇ ਗਾਈਜ਼ ਬਣਾ ਕੇ ਅਤੇ ਫਿਰ ਮਿਲਦੇ ਹਾਂ
ਕਹਿੰਦੇ ਮੇਰੇ ਵੀਰੋ ਚੈੱਕ ਕਰੋ ਸਰਪ੍ਰਾਈਜ਼ ਤੁਹਾਡੇ ਲਈ ਸਾਰਿਆਂ ਲਈ ਹੀ ਏ ਕਹਿੰਦੇ ਯਾਰ ਹੁਣੀ ਲੱਗੇ ਨਹੀਂ ਭਰਾਵਾ ਯਾਰ ਹੁਣੀ ਨਹੀਂ ਲੱਗੇ ਯਾਰ ਹੁਣਾਂ ਦਾ ਭਰਾ ਲੱਗ ਗਿਆ ਜੋਬ 'ਤੇ ਵੀਰ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਜੋਬ ਲਈ ਅਤੇ ਕਿਹੜਾ ਲੱਗਾ ਵਾ ਇਹ ਤੁਹਾਨੂੰ ਹੁਣ ਦੱਸਾਂਗੇ ਬਾਅਦ 'ਚੋਂ ਹੀ ਕੀ ਪਤਾ ਆਪਾਂ ਹੀ ਲੱਗੇ ਹੋਈਏ ਮਿਲਾਵਾਂਗੇ ਤੁਹਾਨੂੰ ਕਿਹੜਾ ਲੱਗਾ ਬੰਦਾ ਵਰਦੀ ਘੈਂਟ ਆ ਨਾ ਲੰਬੇ ਲੰਬੇ ਵਰਦੀ ਘੈਂਟ ਆ ਨਾ ਪਿੱਛੋਂ ਖਾਈ ਮੜੀ ਜੀ ਇੱਕ ਵਾਰ ਵਾਲਮਾਰਟ ਕਰਕੇ ਪਰ ਉਹ ਗੱਲ ਕਹਿੰਦੇ ਵਾਲਮਾਰਟ ਦੀ ਵਰਦੀ ਚੁੱਕ ਟੋਪੀ ਟੋਪੀ ਨਹੀਂ ਵਿਖਾ ਨਹੀਂ ਇੱਧਰ ਗੱਲ ਵਾਲਮਾਰਟ ਦੀ ਵਰਦੀ ਪਾ ਕੇ ਮੁੰਡੇ ਕਹਿੰਦੇ ਬਣਾਉਂਦੇ ਸਬਜ਼ੀ ਵਾਲਮਾਰਟ ਦੇ ਆਪਾਂ ਕੀ ਦੱਸੀਏ ਤੁਹਾਨੂੰ ਘੈਂਟ ਚੀਜ਼ ਆ ਨਾ ਚੰਗਾ ਚਲੋ ਹੁਣ ਆਪਾਂ ਸਬਜ਼ੀ ਬਣਾਈਏ ਤਾਂ ਫਿਰ ਤੁਹਾਨੂੰ ਮਿਲਦੇ ਆ ਤੜਕੇ 'ਤੇ ਪੂਰੀ ਰੀਝ ਲਾ ਦਿੱਤੀ ਲਾਲੀ ਨੇ ਕਹਿੰਦੇ ਮਿਕਸੀ 'ਚ ਗ੍ਰੈਂਡ ਕਰ ਕਰ ਸਬਜ਼ੀਆਂ ਕੀਤੀਆਂ ਉਹਨੇ ਚਲੋ ਠੀਕ ਆ ਗਾਈਸ ਉਹ ਵੀ ਗਾਈਸ ਕਹਿੰਦੇ ਇੱਧਰ ਬਣ ਰਹੀ ਆ ਆਪਣੀ ਨਿਊਟਰੀ ਅਤੇ ਨਿਊਟਰੀ ਵੱਲੋਂ ਤਾਂ ਗੱਲ ਕਹਿੰਦੇ ਪੂਰੀ ਐਂਡੀ ਹੋ ਗਈ ਆ ਪੂਰੀ ਸਿਰਾ ਲੱਗਣ ਦੀ ਆ ਖਾ ਕੇ ਵੀ ਸਾਂਝ ਵੀ ਵਧੀਆ ਹੋ ਗਈ ਕਿਉਂਕਿ ਸਮੈਲ ਵੀ ਵਧੀਆ ਆ ਰਹੀ ਆ ਅਤੇ ਬਾਕੀ ਆਪਾਂ ਹੁਣ ਬਸ ਜਲਦੀ ਜਲਦੀ ਆਹ ਕਰ ਲਈਏ ਅਤੇ ਫਿਰ ਪੜ੍ਹਨ ਨਾਲ ਹੋਈਏ ਕਿਉਂਕਿ ਪੜ੍ਹਨਾ ਵੀ ਜ਼ਰੂਰੀ ਆ ਫਾਈਨਲ ਐਗਜ਼ਾਮ ਆਉਂਦੇ 16 ਤਰੀਕ ਨੂੰ ਫਾਈਨਲ ਐਗਜ਼ਾਮ ਆਪਣਾ ਕੈਮਿਸਟਰੀ ਦਾ ਅਤੇ ਆਹ ਸਬਜ਼ੀ ਬਣਾ ਕੇ ਅਤੇ ਫਿਰ ਮੈਂ ਬੈਠਾ ਯਾਰ ਪੜ੍ਹਨ ਅਤੇ ਵਲੋਗ ਅੱਜ ਮੈਂ ਕੋਸ਼ਿਸ਼ ਕੀਤੀ ਪੂਰੀ ਆਪਣੇ ਵੱਲੋਂ ਬਣਾਉਣ ਲਈ ਅਤੇ ਥੋੜ੍ਹਾ ਬਹੁਤ ਬਣਿਆ ਵੀ ਆ ਅਤੇ ਇਹਨੂੰ ਜ਼ਰੂਰ ਸਪੋਰਟ ਕਰਿਓ ਅਤੇ ਬਾਕੀ ਯਾਰ ਹਜੇ ਤੱਕ ਮੈਨੂੰ ਫੋਨ ਕਾਲ ਆਇਆ ਨਹੀਂ ਵੀਰ ਦਾ ਜਿਹੜੇ ਵੀਰ ਨਾਲ ਆਪਾਂ ਤੁਹਾਡੀ ਗੱਲ ਕਰਾਉਣੀ ਸੀ ਉਹ ਐਕਚੁਅਲੀ 'ਚ ਉਹ ਕੋਰਸ ਜਿਹੜਾ ਧਰਨੇ ਵਗੈਰਾ ਦਾ ਮੇਨ ਜਿਹੜਾ ਲੀਡਰ ਆ ਉਹ ਵੀਰ ਹੈਗਾ ਆਪਣਾ ਅਤੇ ਉਹਦੇ ਨਾਲ ਗੱਲ ਕਰਵਾਉਣੀ ਹਜੇ ਤੱਕ ਕਾਲ ਨਹੀਂ ਆਈ ਅਤੇ ਅਗਰ ਕਾਲ ਆਉਂਦੀ ਆ ਰਾਤ ਤੋਂ ਪਹਿਲਾਂ ਤਾਂ ਫਿਰ ਮੈਂ ਰਿਕਾਰਡ ਕਰ ਦੂੰਗਾ ਅਗਰ ਨਹੀਂ ਆਈ ਅਤੇ ਫਿਰ ਮੈਂ ਤੁਹਾਨੂੰ ਕੱਲ੍ਹ ਵੀਰ ਦੇ ਨਾਲ ਮਿਲਾ ਹੀ ਦੇਵਾਂਗੇ ਆਪਾਂ ਸੋਢੀ ਨਾਲ ਗੱਲ ਕੀਤੀ ਸੋਢੀ 'ਤੇ ਮੈਂ ਜਾਵਾਂਗੇ ਅਤੇ ਬਾਕੀ ਦੇਖਦੇ ਹਾਂ ਕਿੱਦਾਂ ਹੁੰਦਾ ਕੱਲ੍ਹ ਦਾ ਦਿਨ ਅਤੇ ਚਲੋ ਹੁਣ ਜਲਦੀ ਜਲਦੀ ਆਹ ਹੋਵੇ ਰੈਡੀ ਅਤੇ ਫਿਰ ਰੋਟੀਆਂ ਖਾਈਏ ਅਤੇ ਪੜੀਏ ਲਓ ਵੀ ਮੇਰੇ ਵੀਰੋ ਰੋਟੀ ਰੋਟੀ ਖਾ ਲਈ ਆਪਾਂ ਹੁਣ ਬਣਦੀ ਫਿਰ ਟਿੱਕੀ ਟਿੱਕੀ ਟਿੱਕਾ ਲੱਗਣ ਦਾ ਵਧੀਆ ਲੱਗਣ ਦੀ ਵੈਸੇ ਤੇ ਸਵਾਦ ਲੱਗਣ ਦੀ ਆ ਚਲੋ ਯਾਰ ਟਿੱਕੀ ਬਣਦੀ ਆ ਅਤੇ ਫਿਰ ਵੇਖਦੇ ਅੱਗੇ ਦਾ ਪ੍ਰੋਸੀਜਰ ਖਾਣੀ ਹੈਗੀ ਨਹੀਂ ਖਾਣੀ ਅਤੇ ਆਪਾਂ ਕਰੀਏ ਵਲੌਗ ਦੀ ਐਂਡਿੰਗ ਚਲੋ ਚੈੱਕ ਕਰ ਹੀ ਲੈਂਦੇ ਟਿੱਕੀ ਕਿੱਦਾਂ ਦੀ ਬਣਦੀ ਆ ਚੈੱਕ ਕਰਕੇ ਅਤੇ ਫਿਰ ਹੀ ਕਰਦੇ ਹਾਂ ਐਂਡਿੰਗ ਕਿੱਦਾਂ ਦੀ ਬਣੀ ਆ ਹੈਂ ਸਬਜ਼ੀ ਵਧੀਆ ਵਾ ਅਤੇ ਟਿੱਕੀ ਟਿੱਕੀ ਕਿੱਦਾਂ ਦੀ ਖਾਧੀ ਨੀ ਮੰਮਾ ਇੰਨੀਆਂ ਰੋਟੀਆਂ ਰੱਖ ਕੇ ਬੈਠਾ ਗਾੜੀ ਕਿੰਨੇ ਖਾਣੀਆਂ ਇੰਨੀਆਂ ਉਹ ਵੀ ਗਾਈਸ ਕਹਿੰਦੇ ਟਿੱਕੀ ਦੇ ਪਤਾ ਨਹੀਂ ਆਪਾਂ ਖਾ ਕੇ ਨਹੀਂ ਵੇਖੀ ਪੁੱਛਦੇ ਮੁੰਡਿਆਂ ਨੂੰ ਕਿੱਦਾਂ ਦੀ ਬਣੀ ਸੀ ਬਾਹਮਣ ਕਿਤੇ ਆ ਬਾਹਮਣ ਤੋਂ ਪੁੱਛੇ ਕਿੱਦਾਂ ਦੀ ਬਣੀ ਟਿੱਕੀ ਕਿੱਦਾਂ ਦੀ ਬਣੀ ਭਾਈ ਟਿੱਕੀ ਤੂੰ ਵੀ ਨਹੀਂ ਖਾਧੀ ਖਾਧੀ ਕਿੰਨੇ ਫਿਰ ਟਿੱਕੀ ਕਿੱਦਾਂ ਦੀ ਬਣੀ ਸਿਰਾ ਪ੍ਰਤੀਕ ਨੇ ਕਹਿੰਦੇ ਅੱਜ ਟਿੱਕੀ ਬਣਾਈ ਬਹੁਤ ਹੀ ਘੈਂਟ ਅਤੇ ਬਸ ਹੁਣ ਯਾਰ ਕਰੀਏ ਵਲੌਗ ਦੀ ਐਂਡਿੰਗ ਅੱਜ ਦਾ ਵਲੌਗ ਇੰਨਾ ਹੀ ਬਸ ਅਤੇ ਜਿਹੜੀ ਪ੍ਰੋਟੈਸਟ ਵਾਲੀ ਗੱਲ ਆ ਆਪਾਂ ਨੂੰ ਵੀਰ ਦਾ ਫੋਨ ਨਹੀਂ ਆਇਆ ਵੀਰ ਚਲੋ ਬਿਜ਼ੀ ਹੋਣਾ ਕਿਤੇ ਅਤੇ ਪ੍ਰੋਟੈਸਟ ਵਾਲੀ ਕੱਲ੍ਹ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਕੀ ਪ੍ਰੋਟੈਸਟ ਚੱਲਣ ਦਿਆ ਅਤੇ ਕਿਉਂ ਚੱਲਣ ਦਿਆ ਵਾ ਅਤੇ ਕੀ ਮੇਨ ਮੁੱਦਾ ਵਾ ਕਿ ਕੀ ਧੱਕਾ ਹੁੰਦਾ ਇੰਡੀਅਨ ਸਟੂਡੈਂਟਸ ਦੇ ਨਾਲ ਅਤੇ ਮਤਲਬ ਇਹ ਸਿਰਫ ਇੰਡੀਅਨ ਸਟੂਡੈਂਟਸ ਦੇ ਨਾਲ ਹੁੰਦੇ ਵਾ ਬਾਕੀਆਂ ਨਾਲ ਨਹੀਂ ਇੱਦਾਂ ਦਾ ਕੁਛ ਹੋ ਰਿਹਾ ਸੇਮ ਕੋਰਸ ਆ ਅਤੇ ਸਾਰੀ ਤੁਹਾਨੂੰ ਕਹਾਣੀ ਕੱਲ੍ਹ ਦੱਸਾਂਗੇ ਅਤੇ ਹੁਣ ਲਈ ਸਾਨੂੰ ਕਰ ਦਿਓ ਬਾਏ ਬਾਏ ਛੁੱਟੀ ਦਿਓ ਅਤੇ ਆਪਾਂ ਕਰੀਏ ਹੁਣ ਵਲੌਗ ਦੀ ਐਂਡਿੰਗ ਫਲੈਸ਼ ਬੰਦ ਕਰ ਲੈਣ ਦਿਓ ਚਲੋ ਅਤੇ ਜਿਹਨੂੰ ਜਿਹਨੂੰ ਇਹ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਤਿੰਨੇ ਚੀਜ਼ਾਂ ਕਰ ਦਿਓ ਬਹੁਤ ਦਿਨਾਂ ਬਾਅਦ ਦੁਬਾਰਾ ਤੋਂ ਅੱਜ ਆਪਾਂ ਵਲੌਗ ਬੜੇ ਦਿਨਾਂ ਹੀ ਬਾਅਦ ਫੁੱਲ ਵਲੌਗ ਪਾਇਆ ਵਾ ਜਿਹੜਾ ਕੱਲ੍ਹ ਵਾਲਾ ਵਲੌਗ ਪਾਇਆ ਮੈਂ ਫੁੱਲ ਉਹਨੂੰ ਬਹੁਤ ਬਹੁਤ ਜ਼ਿਆਦਾ ਸਪੋਰਟ ਦਿਓ ਕਿਉਂਕਿ ਚੈਨਲ ਆਪਣਾ ਡਿੱਗਦਾ ਜਾ ਰਿਹਾ ਵਾ ਬਹੁਤ ਜ਼ਿਆਦਾ ਲੋੜ ਹੈ ਤੁਹਾਡੀ ਸਪੋਰਟ ਦੀ ਅਤੇ ਮੈਂ ਕੋਸ਼ਿਸ਼ ਤੁਹਾਡੇ ਕਰਕੇ ਸਿਰਫ ਵਲੌਗ ਬਣਾ ਰਿਹਾ ਨਾ ਬਹੁਤ ਕੋਸ਼ਿਸ਼ ਕਰਕੇ ਕਿਉਂਕਿ ਫਾਈਨਲਸ ਹੈਗੇ ਆ ਪੜ੍ਹਨਾ ਵੀ ਜ਼ਰੂਰੀ ਆ ਅਤੇ ਵਲੌਗ ਲਈ ਟਾਈਮ ਇੰਨਾ ਲੱਗਦਾ ਨਹੀਂ ਐਡੀਟਿੰਗ ਵੀ ਕਰਨੀ ਹੁੰਦੀ ਆ ਬਹੁਤ ਕੁਛ ਹੁੰਦਾ ਅਤੇ ਕੀਤਾ ਨਹੀਂ ਜਾਂਦਾ ਤਾਂ ਕਰਕੇ ਸਪੋਰਟ ਕਰਿਓ ਥੋੜ੍ਹਾ ਮੋਟੀਵੇਸ਼ਨ ਮਿਲਦੀ ਹੈ ਤੁਹਾਡੀ ਸਪੋਰਟ ਦੇ ਨਾਲ ਅਤੇ ਮਿਲਦੇ ਹੋ ਤੁਹਾਨੂੰ ਅਗਲੇ ਵਲੌਗ 'ਚ ਉਨੇ ਚਿਰ ਤੱਕ ਟੇਕ ਕੇਅਰ ਬੀ ਹੈਲਦੀ ਬੀ ਸੇਫ ਬਾਏ ਗਾਈਜ਼।